ਮੈਨੂੰ ਇਹ ਪਤਾ ਲੱਗਾ ਕਿ ਇਹ ਜਿਹੜੇ ਲੀਡਰ ਆ ਇਹਨਾਂ ਨੂੰ ਵਿੱਚੋਂ 5-6 ਲੀਡਰ ਜਿਹੜੇ ਸੀਗੇ ਜਿੰਨੇ ਕਿ ਤੁਹਾਡੀ ਗੱਡੀ ਦੇ ਵਿੱਚ ਆ ਸਕਦੇ ਸੀਗੇ ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਇੱਕ ਬਖਤਰਬੰਦ ਗੱਡੀ ਇੱਕ ਆਮਰਡ ਵਹੀਕਲ ਦੇ ਵਿੱਚ ਲੈ ਕੇ ਇਹ ਆਮਰਡ ਪੇਰੀਸੀ ਆਮਰ ਪ੍ਰੋਟੈਕਟਿਡ ਵਹੀਕਲ ਹਾਂਜੀ ਪੀਸੀ ਇਹ ਜਿਹੜੀ ਬਖਤਰਬੰਦ ਗੱਡੀ ਦੇ ਵਿੱਚ ਕਿਉਂ ਉਹਨਾਂ ਨੂੰ ਲਿਜਾਇਆ ਗਿਆ ਖੁੱਲੀ ਗੱਡੀ 'ਚ ਕਿਉਂ ਨਹੀਂ ਲਿਜਾਇਆ ਗਿਆ ਇਹ ਜਦੋਂ ਮੈਨੂੰ ਜਨਰਲ ਜਮਾਲ ਨੇ ਇਹ ਕੰਮ ਦਿੱਤਾ ਜੀ ਅਤੇ ਉਹਨਾਂ ਨੇ ਵੀ ਮੈਨੂੰ ਵਾਰਨਿੰਗ ਦਿੱਤੀ ਕਿ ਹੋ ਸਕਦਾ ਹੈ ਕੋਈ ਜਿਹੜੇ ਦੂਸਰੇ ਸਾਈਡ ਦਾ ਕੋਈ ਬੰਦਾ ਇਹਨਾਂ ਦੇ ਉੱਤੇ ਕੋਈ ਗੋਲੀ ਗਾਲੀ ਚਲਾਏ ਜਾਂ ਇਹਨਾਂ ਦੇ ਉੱਤੇ ਜਾਂ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚੋਂ ਲੰਘ ਜਾ ਕੋਈ ਕਿਸੇ ਬਿਲਡਿੰਗ ਤੋਂ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਕਰੇ ਇਸ ਕਰਕੇ ਤੁਸੀਂ ਉਹਨਾਂ ਨੂੰ ਬਹੁਤ ਇਹਤਿਆਤ ਨਾਲ ਲਿਆਉਣਾ ਸੋ ਮੈਂ ਸੋਚਿਆ ਕਿ APC ਤਾਂ ਉੱਥੇ ਖੜੀਆਂ ਸੀ ਪਹਿਲੇ ਜੀ ਜੀ ਸੋ ਮੈਂ ਉਹਨਾਂ ਦੇ ਵਿੱਚੋਂ ਇੱਕ JCO ਨੂੰ ਕਿਹਾ ਮੈਂ ਕਿਹਾ ਵੀ ਇਹ APC ਜਿਹੜੀ ਹੈ ਇਹਨੂੰ ਦਰਵਾਜ਼ਾ ਖੋਲ੍ਹ ਕੇ ਰੱਖੋ ਇਹਨੂੰ ਮੈਂ ਇਸਤੇਮਾਲ ਕਰਾਂ ਓਕੇ ਇਸ ਕਰਕੇ ਤਾਂ ਕਿ ਰਸਤੇ ਦੇ ਵਿੱਚ ਕੋਈ ਗੋਲੀ ਗਾਲੀ ਨਾ ਚਲਾਏ ਪਰ ਕਿਸੇ ਨੇ ਗੋਲੀ ਗਾਲੀ ਚਲਾਈ ਤਾਂ ਨਹੀਂ ਨਹੀਂ ਕੁਛ ਨਹੀਂ ਜਦੋਂ ਇਹਨਾਂ ਨੂੰ ਤੁਸੀਂ ਲੈ ਕੇ ਗਏ ਜੇ ਤੇ ਉਦੋਂ ਰਸਤੇ ਦੇ ਵਿੱਚ ਲੋਕਾਂ ਨੂੰ ਪਤਾ ਸੀਗਾ ਵੀ ਕੁਝ ਇਹਦੇ ਚ ਅਕਾਲੀ ਲੀਡਰ ਜਾ ਰਹੇ ਆ ਜਾਂ ਕੋਈ ਲੋਕੀ ਜਾ ਰਹੇ ਆ ਕਿਸੇ ਨੂੰ ਕੁਝ ਪਤਾ ਨਹੀਂ ਬਿਲਕੁਲ ਚੁੱਪਚਾਪ ਸੀ ਸੜਕਾਂ ਖਾਲੀ ਸੀ ਕੋਈ ਅਗਰ ਕੋਈ ਲੋਕ ਆਪਣੀਆਂ ਖਿੜਕੀਆਂ ਚੋਂ ਆਪਣੇ ਦਰਵਾਜ਼ਿਆਂ ਚੋਂ ਦੇਖ ਰਹੇ ਸੀ ਤਾਂ ਇਹ ਮੈਂ ਕਹਿ ਨਹੀਂ ਸਕਦਾ ਮੈਂ ਅਗਲੀ ਆਪਣੀ ਜੀਪ ਦੇ ਵਿੱਚ ਸੀਗੀ ਮੈਂ ਉਹਨਾਂ ਦੇ ਨਾਲ ਨਹੀਂ ਬੈਠਾ ਮੇਰੀ ਜੀਪ ਅੱਗੇ ਸੀ ਇਹ ਗੱਡੀ ਪਿੱਛੇ ਸੀ ਉਸ ਤੋਂ ਪਿੱਛੇ ਕਰਨ ਸ਼ਰਮਾ ਦੀ ਗੱਡੀ ਸੀ ਓਕੇ ਸੋ ਅਗਰ ਕੋਈ ਲੋਕ ਦੇਖ ਰਹੇ ਸੀ ਤਾਂ ਮੈਨੂੰ ਉਹ ਮੈਂ ਕਹਿ ਨਹੀਂ ਸਕਦਾ ਬ੍ਰਿਗੇਡ ਗੁਰਾ ਮੈਂ ਸਕਰੀਨ 'ਤੇ ਕੁਝ ਫੋਟੋ ਦਿਖਾਉਣ ਜਾ ਰਿਹਾ ਵਾਂ ਹਾਂਜੀ ਇਹ ਫੋਟੋਗ੍ਰਾਫਸ ਮੇਰੇ ਖਿਆਲ ਜਿਹੜੀ ਤੁਹਾਡੀ ਕਿਤਾਬ ਆ ਹਾਂਜੀ ਤੁਸੀਂ ਜਿਹੜੀ ਕਿਤਾਬ ਲਿਖੀ ਆ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਐਂਡ ਆਈ ਵਿਟਨੈਸ ਅਕਾਊਂਟ ਹਾਂਜੀ ਇਸ ਕਿਤਾਬ ਦੇ ਵਿੱਚ ਕੁਝ ਇਹ ਫੋਟੋਗ੍ਰਾਫਸ ਮੈਨਸ਼ਨ ਵੀ ਨੇ ਇਹਨਾਂ ਦੇ ਵਿੱਚ ਤੁਸੀਂ ਜ਼ਰਾ ਦੱਸੋਗੇ ਵੀ ਇਹ ਕਿੱਥੇ ਫੋਟੋਆਂ ਲੱਗੀਆਂ ਗਈਆਂ ਕਿਉਂਕਿ ਆਹ ਜਿਹੜੀ ਫੋਟੋ ਹੁਣ ਇਸ ਵੇਲੇ ਸਾਹਮਣੇ ਆਪਣੇ ਆ ਇਹਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਜਸਦਾ ਟੌਰਾ ਹਾਂਜੀ ਅਤੇ ਨਾਲ ਕਰਨਲ ਆਦਰਸ਼ ਸ਼ਰਮਾ ਹਾਂਜੀ ਔਰ ਨਾਲ ਇੱਕ ਹੋਰ ਪੁਲਿਸ ਅਫਸਰ ਕੁਝ ਦੇਸ ਰਹੇ ਸੁਖਦਰ ਮੇਰੇ ਖਿਆਲ ਸੁਦਰਸ਼ਨ ਸਿੰਘ ਇਹ ਹੁੰਦੇ ਸੀ ਪੁਲਿਸ ਅਫਸਰ ਅੱਛਾ ਇਸ ਫੋਟੋ ਦੇ ਵਿੱਚ ਮੇਰੇ ਖਿਆਲ ਕਰਨਲ ਆਦਰਸ਼ ਸ਼ਰਮਾ ਨੇ ਜ਼ਰਾ ਪਿਛਲੀ ਫੋਟੋ ਦਿਖਾਇਓ ਦੁਬਾਰਾ ਫੋਟੋ ਆਉਣਗੀਆਂ ਤੇ ਮੈਂ ਵਿੱਚ ਵਿੱਚ ਆਈਡੈਂਟੀਫਾਈ ਕਰਨਾ ਚਾਹੂੰਗਾ ਹਾਂ ਇਹਦੇ ਚ ਜਸਦਾ ਟੌਰਾ ਨੂੰ ਫੜ ਕੇ ਲੈ ਕੇ ਜਾ ਰਹੇ ਆ ਹਾਂਜੀ ਇਹ ਕਿੱਥੋਂ ਦੀ ਫੋਟੋ ਆ ਫੜ ਕੇ ਕੋ ਲੈ ਕੇ ਜਾ ਰਹੇ ਆ ਮੇਰੇ ਖਿਆਲ 'ਚ ਬਜ਼ੁਰਗ ਹੋਣ ਕਰਕੇ ਨਾਰੇ ਉਂਝ ਵੀ ਦਿਲ ਦੇ ਮਰੀਜ਼ ਸੀ ਅਤੇ ਕਿਸੇ ਨੇ ਸੋਚਿਆ ਕਿ ਡਿੱਗ ਡੁੱਗਣਾ ਪੈਣਾ ਇਸ ਤਰ੍ਹਾਂ ਓਕੇ ਸਹਾਰਾ ਦੇਣ ਵਾਸਤੇ ਕੋਈ ਹੋਰ ਹੋਰ ਐਸੀ ਕੋਈ ਗੱਲ ਨਹੀਂ ਇਹ ਮੇਰੇ ਖਿਆਲ 'ਚ ਲੱਗਦਾ ਹੈ ਕਿ ਦਰਬਾਰ ਸਾਹਿਬ ਦੀ ਅੰਦਰ ਦੀ ਫੋਟੋ ਹੈ ਕਿਉਂਕਿ ਨਾਲ ਫੌਜੀ ਵੀ ਕਾਫੀ ਦਿਸ ਰਹੇ ਆ ਇਸ ਫੋਟੋ ਦੇ ਵਿੱਚ ਔਰ ਇਸ ਤੋਂ ਅਗਲੀ ਜਿਹੜੀ ਫੋਟੋ ਆ ਇਹ ਕਿਤੇ ਐਂ ਲੱਗਦਾ ਵੀ ਜਿਵੇਂ ਪੋਸਟ ਫੋਟੋਗ੍ਰਾਫ ਆ ਹੁਣ ਜਿਵੇਂ ਆਊਗੀ ਫੋਟੋ ਮੈਨੂੰ ਪਤਾ ਸੀ ਮੇਰੀ ਜ਼ਿੰਮੇਵਾਰੀ ਸੀ ਕਿ ਇਹਨਾਂ ਨੂੰ ਠੀਕ ਠਾਕ ਜਿਉਂਦੇ ਜਾਗਦੇ ਸਾਰਿਆਂ ਨੂੰ ਲੈ ਕੇ ਆਉਣਾ ਜਦੋਂ ਅਸੀਂ MES ਇੰਸਪੈਕਸ਼ਨ ਬੰਗਲੋ ਪਹੁੰਚ ਗਏ ਉੱਥੇ ਮੈਂ ਦੋ ਫੋਟੋਆਂ ਲਈਆਂ ਪਿੱਛੇ ਇੰਸਪੈਕਸ਼ਨ ਬੰਗਲੇ ਦਾ ਬੋਰਡ ਸੀ ਤੋ ਮੈਂ ਕਰਨ ਆਦਰਸ਼ ਸ਼ਰਮਾ ਨੂੰ ਕਿਹਾ ਕਿ ਫੋਟੋ ਲਓ ਤਾਂ ਕਿ ਇਹ ਪ੍ਰੂਫ ਹੋ ਜਾਏ ਕਿ ਅਸੀਂ ਇੱਥੋਂ ਤੱਕ ਠੀਕ ਠਾਕ ਪਹੁੰਚ ਗਏ ਹਾਂ ਅਤੇ ਇਹ ਸਾਰੇ ਲੀਡਰ ਠੀਕ ਠਾਕ ਪਹੁੰਚ ਗਏ ਨੇ